ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਦੀ ਸਥਿਤੀਆਂ। ਤਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਵਿਜ਼ਟਰ ਜਾਂ ਫਿਰ ਟੂਰਿਸਟ ਵੀਜ਼ਾ ਦੇ ਬਾਰੇ। ਦੇਖੋ, ਮੇਰੇ ਕੋਲ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਅਕਸਰ ਪੁੱਛਦੇ ਰਹਿੰਦੇ ਆ, ਅਤੇ ਉਹਨਾਂ ਦੇ ਮਾਪੇ ਵੀ, ਕਿ ਟੂਰਿਸਟ ਵੀਜ਼ਾ ਹੈ ਕਿ ਅਸੀਂ ਕਿਵੇਂ ਜਾ ਸਕਦੇ ਹਾਂ, ਕੌਣ ਇਸ ਨੂੰ ਅਪਲਾਈ ਕਰ ਸਕਦਾ। ਤਾਂ ਉਹਦੇ ਸਿਲਸਿਲੇ ਦੇ ਵਿੱਚ ਅੱਜ ਮੈਂ ਸੀ ਵਰਡ ਐਜੂਕੇਅਰ ਡੇਲੋ ਪਹੁੰਚਿਆ ਹਾਂ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਪੰਜਾਬ ਦੇ ਵਿੱਚ ਹੈਗੀਆਂ ਨੇ। ਤਾਂ ਉਹਨਾਂ ਦੇ ਜਿਹੜੇ ਇਹ ਡਾਊਟ ਨੇ ਜਾਂ ਉਹਨਾਂ ਦੇ ਪ੍ਰਸ਼ਨ ਨੇ, ਉਹਨਾਂ ਦੇ ਜਿਹੜੇ ਹੱਲ ਆਪਾਂ ਨੂੰ ਇੱਥੋਂ ਹੀ ਮਿਲਣਗੇ। ਤਾਂ ਲਓ ਜੀ, ਮਿਲਦੇ ਹਾਂ ਫਿਰ ਆਪਾਂ ਅੱਜ ਹੈਰੀ ਸਰ ਦੇ ਨਾਲ, ਜਿਨ੍ਹਾਂ ਦਾ ਆਪਣੇ ਇਸ ਫੀਲਡ ਦੇ ਵਿੱਚ 10 ਤੋਂ 12 ਸਾਲ ਦਾ ਐਕਸਪੀਰੀਅੰਸ ਆ, ਅਤੇ ਇਹ ਵਿਜ਼ਟਰ ਵੀਜ਼ਾ ਦੇ ਵਿੱਚ ਐਕਸਪਰਟ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਬੇਟੀ ਜੀ। ਪਹਿਲਾਂ ਸਰ, ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਛਾ ਸਰ, ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ, ਦਰਸ਼ਕਾਂ ਨੂੰ ਪਤਾ ਲੱਗੇ। ਸੀ ਬਰਡ ਦੇ ਬਾਰੇ ਅਗਰ ਗੱਲ ਕਰਦੇ ਹਾਂ ਬੇਟੀ ਜੀ, ਤਾਂ ਸੀ ਬਰਡ ਜੋ ਹੈ 2013 ਤੋਂ ਇਸ ਇੰਡਸਟਰੀ ਦੇ ਵਿੱਚ ਅਸੀਂ ਹੈਗੇ ਹਾਂ, ਤਾਂ ਅੱਜ ਸਾਨੂੰ 10 ਸਾਲ ਹੋ ਚੁੱਕੇ ਨੇ। ਅਤੇ ਮਲਟੀਪਲ ਬ੍ਰਾਂਚਿਸ ਨੇ ਸਾਡੀਆਂ ਪੰਜਾਬ ਦੇ ਵਿੱਚ। ਸਾਡੀ ਹੈੱਡ ਬ੍ਰਾਂਚ ਜਿਹੜੀ ਹੈਗੀ ਆ ਡੇਲੋ ਹੈ, ਬਰਨਾਲਾ ਦੇ ਵਿੱਚ, ਭਦੌੜ, ਲੁਧਿਆਣਾ ਐਂਡ ਬਰਨਾਲਾ, ਮਤਲਬ 4 ਸਾਡੀਆਂ ਬ੍ਰਾਂਚਿਸ ਜਿਹੜੀਆਂ ਹੈਗੀਆਂ ਨੇ ਜੀ। ਓਕੇ ਸਰ, ਮੈਨੂੰ ਕਾਫ਼ੀ ਜਿਹੜਾ ਅੱਛਾ ਲੱਗਿਆ, ਤੁਹਾਡੀ ਬਾਕੀ ਬ੍ਰਾਂਚਾਂ ਬਹੁਤ ਅੱਛਾ ਕੰਮ ਕਰਦੀਆਂ ਪਈਆਂ ਨੇ। ਅੱਛਾ ਸਰ, ਇਸ ਤੋਂ ਪਹਿਲਾਂ ਆਪਾਂ ਜਿਹੜਾ ਵਿਜ਼ਟਰ ਵੀਜ਼ਾ ਦੀ ਗੱਲ ਕਰਦੇ ਹਾਂ ਸਰ, ਇਸ ਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ, ਤੁਹਾਡੇ ਨਜ਼ਰ ਦੇ ਵਿੱਚ ਵਿਜ਼ਟਰ ਵੀਜ਼ਾ ਆਪਾਂ ਨੂੰ ਕਿੱਦਾਂ ਦਾ ਤੁਸੀਂ ਇਸ ਨੂੰ ਦੇਖਦੇ? ਅਗਰ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਜੀ, ਤਾਂ ਅੱਜ ਕੱਲ੍ਹ ਜਿਹੜਾ ਵਿਜ਼ਟਰ ਵੀਜ਼ੇ ਨੂੰ ਲੈ ਕੇ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਉਹ ਕਾਫ਼ੀ ਰੁਝਾਨ ਹੋ ਚੁੱਕਿਆ ਹੈਗਾ ਲੋਕਾਂ ਦਾ। ਸੋ ਕਿਉਂਕਿ ਨਿਊ ਈਅਰ ਜਿਹੜਾ ਹੈਗਾ ਨੇੜੇ ਆ ਰਿਹਾ, ਕ੍ਰਿਸਮਿਸ ਨੇੜੇ ਆ ਰਹੀ ਹੈ, ਤਾਂ ਹਰ ਇੱਕ ਦਾ ਸੁਪਨਾ ਹੈ ਕਿ ਅਸੀਂ ਬਾਹਰ ਜਾਈਏ। ਸੋ ਜੋ ਅੱਜ ਦੇ ਟਾਈਮ ਦੀ ਗੱਲ ਕਰਦੇ ਹਾਂ, ਤਾਂ ਕੈਨੇਡਾ ਨੂੰ ਲੈ ਕੇ ਵਿਜ਼ਟਰ ਵੀਜ਼ੇ 'ਚ ਕਾਫ਼ੀ ਰੁਝਾਨ ਹੈ। ਅਤੇ ਇਸ ਤੋਂ ਬਾਅਦ ਜਿਹੜੀ ਗੱਲਬਾਤ ਹੈ ਭੱਟੀ ਜੀ, ਕਿ ਕੌਣ ਇਸ ਨੂੰ ਅਪਲਾਈ ਕਰ ਸਕਦਾ, ਇਸ ਨੂੰ ਕੋਈ ਵੀ ਅਪਲਾਈ ਕਰ ਸਕਦਾ ਹੈਗਾ, ਚਾਹੇ ਉਹ ਉਹਨਾਂ ਦਾ ਕੋਈ ਰਿਸ਼ਤੇਦਾਰ ਉੱਧਰ ਹੈਗਾ ਚਾਹੇ ਨਹੀਂ ਹੈਗਾ। ਅੱਛਾ ਸਰ, ਤੁਸੀਂ ਇਕੱਲੀ ਕੈਨੇਡਾ ਦੇਸ਼ ਦੀ ਗੱਲ ਕੀਤੀ, ਕਿ ਆਪਾਂ ਹੋਰ ਵੀ ਦੇਸ਼ਾਂ ਦੇ ਵਿੱਚ ਜਾ ਸਕਦੇ ਵਿਜ਼ਟਰ ਵੀਜ਼ਾ? ਬਿਲਕੁਲ ਜਾ ਸਕਦੇ ਹਾਂ ਸਰ, ਬਿਲਕੁਲ ਜਾ ਸਕਦੇ ਹਾਂ। ਤੁਸੀਂ ਆਸਟ੍ਰੇਲੀਆ ਵੀ ਅਪਲਾਈ ਕਰ ਸਕਦੇ ਹੋ, ਤੁਸੀਂ UK ਵੀ ਅਪਲਾਈ ਕਰ ਸਕਦੇ ਹੋ, ਕੈਨੇਡਾ ਵੀ ਅਪਲਾਈ ਕਰ ਸਕਦੇ ਹੋ। ਇਟਸ ਆਲ ਡਿਪੈਂਡ ਅਪੋਨ ਯੂਅਰ ਪ੍ਰੋਫਾਈਲ, ਕਿ ਤੁਹਾਡੀ ਪ੍ਰੋਫਾਈਲ ਕਿੰਨੀ ਅੱਛੀ ਹੈਗੀ। ਓਕੇ ਓਕੇ ਸਰ, ਸਭ ਤੋਂ ਪਹਿਲਾਂ ਜਿਹੜਾ ਆਪਣਾ ਸਵਾਲ ਹੈ ਉਸ ਨੂੰ ਸ਼ੁਰੂ ਕਰਦੇ ਹਾਂ ਸਵਾਲਾਂ ਦੇ ਸਿਲਸਿਲੇ ਨੂੰ। ਪਹਿਲਾ ਜਿਹੜਾ ਸਵਾਲ ਹੈ ਸਰ, ਵਿਜ਼ਟਰ ਵੀਜ਼ਾ ਜਿਹੜਾ ਜੀ ਕੀ ਹੈ, ਉਹਦੀ ਜਿਹੜੀ ਫੁੱਲ ਡਿਟੇਲ ਆ, ਕੌਣ ਅਪਲਾਈ ਕਰ ਸਕਦਾ? ਵਿਜ਼ਟਰ ਵੀਜ਼ਾ ਜਿਹੜਾ ਵੀਜ਼ਾ ਪੱਟੀ ਜੀ, ਤਾਂ ਇਹ ਮੰਨੀਏ ਕਿ ਇੱਕ ਤੁਹਾਨੂੰ ਜਿਹੜੀ ਓਵਰਸੀਜ਼ ਕੰਟਰੀ ਹੈਗੀ ਹੈ ਉਹ ਤੁਹਾਨੂੰ ਪਰਮਿਸ਼ਨ ਦਿੰਦੀ ਹੈ ਕਿ ਤੁਸੀਂ ਸਾਡੀ ਕੰਟਰੀ ਆ ਸਕਦੇ ਹੋ, ਸਾਡਾ ਕਲਚਰ ਦੇਖ ਸਕਦੇ ਹੋ ਅਤੇ ਘੁੰਮ ਸਕਦੇ ਹੋ। ਅਪਲਾਈ ਕੌਣ ਕਰ ਸਕਦਾ ਜੀ? ਸਭ ਤੋਂ ਪਹਿਲਾਂ ਕਿ ਅਗਰ ਕਿਸੇ ਦਾ ਕੋਈ ਰੈਲੇਟਿਵ ਹੈ ਉੱਧਰ, ਜਿਸ ਤਰ੍ਹਾਂ ਹੁਣ ਬੱਚੇ ਸਟੱਡੀ ਬੇਸ 'ਤੇ ਜਾ ਰਹੇ ਨੇ, ਉਹ ਆਪਣੇ ਮਾਂ ਪਿਓ ਨੂੰ ਬੁਲਾਉਣਾ ਚਾਹੁੰਦੇ ਨੇ, ਆਪਣੇ ਭੈਣ ਭਰਾ ਨੂੰ ਬੁਲਾਉਣਾ ਚਾਹੁੰਦੇ, ਤਾਂ ਉਹ ਬਿਲਕੁਲ ਉਹ ਜਿਹੜਾ ਵਿਜ਼ਟਰ ਵੀਜ਼ਾ ਹੈਗਾ ਉਹ ਅਪਲਾਈ ਕਰ ਸਕਦੇ ਹੈਗੇ ਜੀ ਉੱਥੇ। ਅੱਛਾ ਸਰ, ਵਿਜ਼ਟਰ ਵੀਜ਼ਾ ਦੀ ਗੱਲ ਕਰੀਏ, ਕਿੰਨੇ ਸਾਲ ਤੱਕ ਦਾ ਜਿਹੜਾ ਲੱਗ ਜਾਂਦਾ ਹੈ, ਜਾਂ ਕਿੰਨੇ ਸਾਲ ਮਿਨੀਮਮ ਹੈ, ਵੀ 1 ਸਾਲ ਤੋਂ ਲੈ ਕੇ ਕਿੰਨੇ ਸਾਲ ਤੱਕ? ਵਿਜ਼ਟਰ ਵੀਜ਼ਾ ਜੋ ਹੈਗਾ ਭੱਟੀ ਜੀ, ਤਾਂ ਆਪਾਂ ਮੰਨੀਏ ਕਿ ਬੇਸਿਕਲੀ ਜਿਹੜਾ ਕੈਨੇਡਾ ਦਾ ਕੰਸੈਪਟ ਅਸੀਂ ਦੇਖ ਕੇ ਚੱਲਦੇ ਹਾਂ, ਤਾਂ ਜਿੰਨੇ ਟਾਈਮ ਦੀ ਜੋ ਪਾਸਪੋਰਟ ਵੈਲਿਡਿਟੀ ਹੁੰਦੀ ਹੈਗੀ ਹੈ ਕਸਟਮਰ ਦੀ, ਤਾਂ ਉਨੇ ਟਾਈਮ ਦਾ ਉਹਨਾਂ ਨੂੰ ਵੀਜ਼ਾ ਜਿਹੜਾ ਹੈਗਾ ਉਹ ਮਿਲ ਜਾਂਦਾ ਹੈਗਾ। ਅਤੇ ਉਸਦੇ ਵਿੱਚ ਡਿਪੈਂਡ ਕਰਦਾ ਹੈ ਕਿ ਇਮੀਗ੍ਰੇਸ਼ਨ ਦੇ ਉੱਪਰ, ਕਿ ਜਦ ਉਹ ਉੱਥੇ ਲੈਂਡ ਕਰਦੇ ਨੇ ਅਤੇ ਉਹਨਾਂ ਨੂੰ ਜਿਹੜੀ ਐਂਟਰੀ ਹੈਗੀ ਉਸ ਕੰਟਰੀ ਦੀ ਕਿੰਨੇ ਟਾਈਮ ਦੀ ਮਿਲਦੀ ਹੈਗੀ। ਓਕੇ ਸਰ, ਆਪਾਂ ਗੱਲ ਕੀਤੀ ਕੈਨੇਡਾ ਦੇ ਵਿੱਚ, ਕੀ ਆਪਾਂ ਕੈਨੇਡਾ ਨੂੰ ਫੋਕਸ ਕਰ ਰਹੇ ਹਾਂ, ਕੋਈ ਆਪਾਂ ਵਿਜ਼ਟਰ ਵੀਜ਼ਾ ਲਗਾ ਰਹੇ ਹਾਂ ਉਹਨਾਂ ਦਾ? ਬਿਲਕੁਲ ਜੀ, ਬਿਲਕੁਲ। ਹੁਣ ਨਿਊ ਈਅਰ ਆ ਚੁੱਕਿਆ ਜੀ, ਹੁਣ ਨੈਕਸਟ ਨਿਊ ਈਅਰ ਹੈਗਾ, ਕ੍ਰਿਸਮਿਸ ਆ ਰਹੀ ਹੈਗੀ ਹੈ, ਤਾਂ ਵਿਜ਼ਟਰ ਵੀਜ਼ਾ ਅਸੀਂ ਬਿਲਕੁਲ ਅਪਲਾਈ ਕਰ ਰਹੇ ਹਾਂ ਅਤੇ ਰਿਜ਼ਲਟਸ ਵੀ ਕਾਫ਼ੀ ਅੱਛੇ ਹੈਗੇ ਇਹਦੇ ਵਿੱਚ। ਇਹ ਜ਼ਰੂਰੀ ਨਹੀਂ ਹੈਗਾ ਬੱਟੀ ਜੀ ਕਿ ਜਿਨ੍ਹਾਂ ਦੇ ਕੋਈ ਰੈਲੇਟਿਵਸ ਹੈਗੇ ਨੇ ਉੱਧਰ, ਕਿ ਉਹੀ ਅਪਲਾਈ ਕਰ ਸਕਦੇ ਆ, ਤਾਂ ਤੁਸੀਂ ਵੀ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ। ਤੁਸੀਂ ਐਜ਼ ਏ ਹੋਟਲ ਬੁਕਿੰਗ ਦੇ ਉੱਪਰ ਅਸੀਂ ਟੂਰਿਸਟ ਵੀਜ਼ਾਸ ਲੈ ਸਕਦੇ ਹਾਂ, ਅਗਰ ਤੁਹਾਡੀ ਪ੍ਰੋਫਾਈਲ ਅੱਛੀ ਹੈ, ਤੁਹਾਡਾ ਆਪਣਾ ਬਿਜ਼ਨਸ ਹੈ, ਤੁਸੀਂ ਅੱਛੀ ਜੋਬ ਕਰ ਰਹੇ ਹੋ, ਤੁਹਾਡਾ ਫਾਈਨੈਂਸ਼ੀਅਲ ਸਟੇਟਸ ਜੋ ਅੱਛਾ ਹੈ, ਤਾਂ ਤੁਸੀਂ ਬਿਲਕੁਲ ਉੱਥੇ ਘੁੰਮਣ ਜਾ ਸਕਦੇ ਹੋ। ਅੱਛਾ ਸਰ, ਤੁਹਾਡੇ ਤੋਂ ਪਤਾ ਲੱਗਿਆ ਵੀ ਉੱਥੇ ਕੋਈ ਰਿਲੇਟਿਵ ਹੋਣਾ ਜ਼ਰੂਰੀ ਨਹੀਂ ਹੈਗਾ, ਕਿਸੇ ਦਾ ਵੀ ਲੱਗ ਸਕਦਾ? ਜੀ ਜੀ, ਬਿਲਕੁਲ ਬਿਲਕੁਲ। ਅੱਛਾ ਸਰ, ਜਿੱਦਾਂ ਮੈਂ ਗੱਲ ਕਰਾਂ ਗੌਰਮੈਂਟ ਇੰਪਲਾਈ ਨੇ ਜਾਂ ਪ੍ਰਾਈਵੇਟ ਇੰਪਲਾਈ ਨੇ, ਕਿ ਉਹ ਕੁਛ ਟਾਈਮ ਲਈ ਜਾਣਾ ਚਾਹੁੰਦੇ, ਜਿਵੇਂ ਹੁਣ ਠੰਡ ਦੇ ਵਿੱਚ ਜਿਹੜਾ ਵਿੰਟਰ ਸੀਜ਼ਨ, ਉਹਦੇ ਵਿੱਚ ਛੁੱਟੀਆਂ ਹੋਣਗੀਆਂ, ਜਾ ਸਕਦੇ ਹੈ ਕਿ ਉਹ? ਬਿਲਕੁਲ ਜਾ ਸਕਦੇ ਸਰ, ਬਿਲਕੁਲ ਜਾ ਸਕਦੇ, ਉਹ ਵੀ ਅਪਲਾਈ ਕਰ ਸਕਦੇ ਹੈਗੇ ਆ ਵੀਜ਼ਾ। ਤਾਂ ਉਹਨਾਂ ਦੇ ਲਈ ਅਗਰ ਗੌਰਮੈਂਟ ਇੰਪਲਾਈ ਦੀ ਗੱਲ ਕਰਦੇ ਹਾਂ, ਤਾਂ ਜੋ ਆਪਣੀ ਗੌਰਮੈਂਟ ਦੀਆਂ ਜੋ ਵੀ ਆਪਣੀਆਂ ਰਿਸਟ੍ਰਿਕਸ਼ਨਸ ਨੇ, ਕਿ ਉਹਨਾਂ ਨੂੰ NOC ਜੋ ਹੈਗੀ ਆ ਡਿਪਾਰਟਮੈਂਟ ਤੋਂ ਲੈਣੀ ਪਵੇਗੀ, ਬਾਕੀ ਜੋ ਉਹਨਾਂ ਦੀ ਡਾਕੂਮੈਂਟੇਸ਼ਨ ਹੈਗੀ ਹੈ ਉਹ ਅਗਰ ਆਪਣੇ ਕਿਸੇ ਵੀ ਆਫਿਸ ਦੇ ਵਿੱਚ ਉਹ ਵਿਜ਼ਿਟ ਕਰਨਗੇ, ਤਾਂ ਉਹਨੂੰ ਪ੍ਰੋਪਰ ਜਿਹੜੀ ਡਾਕੂਮੈਂਟੇਸ਼ਨ ਹੈਗੀ ਉੱਥੇ ਉਹਨਾਂ ਨੂੰ ਦੱਸ ਦਿੱਤੀ ਜਾਊਗੀ, ਅਤੇ ਉਹ ਬਿਲਕੁਲ ਆਪਣਾ ਘੁੰਮਣ ਫਿਰਨ ਜਾ ਸਕਦੇ ਹੈਗੇ ਜੀ।
ਓਕੇ ਸਰ, ਕਾਫੀ ਅੱਛਾ ਲੱਗਿਆ ਜੀ ਇਹ ਗੱਲ ਤੋਂ ਪਤਾ ਲੱਗਿਆ ਵੀ ਗੌਰਮੈਂਟ ਜੋਬ ਵਾਲੇ ਵੀ ਇੱਥੇ ਜਾ ਸਕਦੇ ਨੇ, ਵਿਜ਼ਟਰ ਵੀਜ਼ਾ ਲਗਵਾ ਸਕਦੇ ਨੇ। ਸਰ ਇਹਦੀ ਜਿਹੜੀ ਰਿਕੁਆਇਰਮੈਂਟ ਆ ਉਹ ਕੀ ਹੈ, ਉਹਦੇ ਬਾਰੇ ਥੋੜ੍ਹੇ ਤੁਸੀਂ ਡਿਸਕਸ ਕਰੋ, ਕਿਉਂਕਿ ਦਿੱਕਤ ਇਹ ਹੈ ਨਾ ਪਤਾ ਨਹੀਂ ਲੱਗਦਾ ਵੀ ਇਹਦੀ ਰਿਕੁਆਇਰਮੈਂਟ ਕੀ ਹੈ। ਬੇਸਿਕ ਰਿਕੁਆਇਰਮੈਂਟ ਦੀ ਗੱਲ ਕਰੀਏ ਬਟ ਸਰ ਤਾਂ ਮੰਨ ਕੇ ਚੱਲੋ ਕਿ ਤੁਹਾਡੇ ਬੇਸਿਕ ਡਾਕੂਮੈਂਟਸ ਜੋ ਹੈਗੇ, ਤੁਹਾਡਾ ਟਰੈਵਲ ਡਾਕੂਮੈਂਟ, ਤੁਹਾਡਾ ਪਾਸਪੋਰਟ ਹੋ ਗਿਆ ਜੀ, ਉਸ ਤੋਂ ਬਾਅਦ ਆ ਜਾਓਗੇ ਤੁਸੀਂ ਇਨਕਮ ਟੈਕਸ ਰਿਟਰਨਸ ਜੋ ਤੁਹਾਡੀਆਂ ਤੁਸੀਂ ਫਿਲ ਕਰਦੇ ਹੋ, ਇੱਕ CA ਰਿਪੋਰਟ ਤੁਹਾਡੀ ਰੈਡੀ ਹੁੰਦੀ ਹੈਗੀ ਹੈ, ਪ੍ਰੋਪਰਟੀ ਵੈਲਿਊਏਸ਼ਨਸ ਜੋ ਤੁਹਾਡੀਆਂ ਰੈਡੀ ਹੁੰਦੀਆਂ ਹੈਗੀਆਂ ਨੇ, ਤੁਹਾਡੀ ਬੈਂਕ ਸਟੇਟਮੈਂਟ ਹੋ ਗਈ, ਤੁਹਾਡਾ ਬੈਂਕ ਬੈਲੈਂਸ ਹੋ ਗਿਆ, ਤੁਹਾਡੀ ਫੈਮਿਲੀ ਡਿਟੇਲਸ ਜੋ ਹੈਗੀ ਹੈ ਪ੍ਰੋਪਰ ਉਹ ਚਾਹੀਦੀ ਹੈਗੀ ਹੈ। ਜੋ ਗੌਰਮੈਂਟ ਇੰਪਲੋਈਜ਼ ਨੇ ਉਹਨਾਂ ਦੀ ਸਾਨੂੰ NOC ਦੀ ਲੋੜ ਹੁੰਦੀ ਹੈਗੀ ਹੈ ਡਿਪਾਰਟਮੈਂਟ ਵੱਲੋਂ, ਉਹਨਾਂ ਦੇ ਜੋ ਲੀਵ ਲੈਟਰ ਹੈਗਾ ਉਹ ਸਾਨੂੰ ਚਾਹੀਦਾ ਹੁੰਦਾ ਹੈਗਾ, ਅਤੇ ਬਾਕੀ ਜੋ ਡਾਕੂਮੈਂਟਸ ਹੈਗੇ ਆ ਉਹਨਾਂ ਦੇ ਜੋ ਸਪੋਂਸਰ ਨੇ ਉੱਧਰ, ਚਾਹੇ ਉਹਨਾਂ ਦਾ ਕੋਈ ਰੈਲੇਟਿਵ ਹੈ, ਬੇਟਾ ਹੈ, ਬੇਟੀ ਹੈ, ਉਹਨਾਂ ਦੇ ਸਾਨੂੰ ਡਾਕੂਮੈਂਟਸ ਜਿਹੜੇ ਹੈਗੇ ਉੱਧਰੋਂ ਚਾਹੀਦੇ ਹੁੰਦੇ। ਓਕੇ ਸਰ, ਡਾਕੂਮੈਂਟ ਦੀ ਤਾਂ ਆਪਾਂ ਗੱਲ ਕਰ ਲਈ, ਹੁਣ ਗੱਲ ਕਰੀਏ ਵੀ ਕਿੰਨੇ ਸਮੇਂ ਦੇ ਵਿੱਚ ਜਿਹੜਾ ਵਿਜ਼ਟਰ ਵੀਜ਼ਾ ਲੱਗ ਜਾਂਦਾ। ਅਗਰ ਅਸੀਂ IRCC ਦੀਆਂ ਗਾਈਡਲਾਈਨਸ ਦੇ ਹਿਸਾਬ ਨਾਲ ਗੱਲ ਕਰਦੇ ਹਾਂ ਬਟ ਸਰ ਤਾਂ ਆਪਾਂ ਮੰਨ ਕੇ ਚੱਲੀਏ ਕਿ 35 to 45 ਡੇਜ਼ ਦਾ ਇਹਦਾ ਸਮਾਂ ਜਿਹੜਾ ਰਹਿੰਦਾ ਹੈਗਾ ਜੀ ਆਫਟਰ ਫਾਈਲ ਸਬਮਿਸ਼ਨ ਤੋਂ ਬਾਅਦ, ਅਤੇ ਉਸ ਤੋਂ ਬਾਅਦ ਤੁਹਾਡੇ ਜਿਹੜਾ ਬਾਇਓਮੈਟ੍ਰਿਕਸ ਨੇ, ਤੁਹਾਡੇ ਬਾਇਓਮੈਟ੍ਰਿਕਸ ਹੋ ਜਾਂਦੇ ਆ ਤਾਂ 35 to 45 ਦਿਨ ਦੇ ਵਿੱਚ ਤੁਹਾਡਾ ਜਿਹੜਾ ਵੀਜ਼ਾ ਹੈਗਾ ਉਹ ਗ੍ਰਾਂਟ ਹੋ ਜਾਂਦਾ, ਮੀਨਸ ਤੁਹਾਡਾ ਰਿਜ਼ਲਟ ਆ ਜਾਂਦਾ ਜੀ। ਓਕੇ ਸਰ, ਇੱਕ ਚੀਜ਼ ਹੋਰ ਕਿ ਆਪਣਾ ਜਿਹੜਾ ਪਾਸਪੋਰਟ ਆ ਉਹ ਨਿਊ ਹੋਵੇ ਲੱਗ ਜਾਏਗਾ ਜਾਂ ਪੁਰਾਣਾ ਹੀ ਹੋਣਾ ਜ਼ਰੂਰੀ ਹੈ, ਕੋਈ ਇਹਦੇ ਵਿੱਚ ਕੋਈ? ਨੋ ਸਰ, ਇਹ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਤੁਹਾਡਾ ਪਾਸਪੋਰਟ ਨਿਊ ਹੈ ਜਾਂ ਤੁਹਾਡਾ ਪਾਸਪੋਰਟ ਓਲਡ ਹੈ, ਜਾਂ ਫੋਰ ਐਗਜ਼ਾਮਪਲ ਕਈ ਵਾਰੀ ਕਿਸੇ ਦੀ ਕੋਈ ਰਿਫਿਊਜ਼ਲ ਹੈ ਤਾਂ ਇਟਸ ਡਜ਼ਨਟ ਮੈਟਰ, ਰਾਈਟ? ਆਲ ਡਿਪੈਂਡ ਅਪੋਨ ਯੂਅਰ ਪ੍ਰੋਫਾਈਲ ਐਂਡ ਯੂਅਰ ਪ੍ਰੋਫਾਈਲ ਸਟੇਟਸ, ਕਿ ਤੁਹਾਡਾ ਇੱਧਰ ਫਾਈਨੈਂਸ਼ੀਅਲ ਸਟੇਟਸ ਕਿੰਨਾ ਅੱਛਾ ਹੈ, ਤੁਹਾਡੀ ਸਪੋਂਸਰ ਕਿੰਨੀ ਅੱਛੀ ਹੈ, ਰਾਈਟ? ਤੁਸੀਂ ਕਿਹਾ ਉਹ ਜਿਹੜੀ ਹੈਗੀ ਉੱਥੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਕਨਵਿੰਸ ਕਰ ਸਕਦੇ ਹੋ ਆਫਿਸਰ ਕੇ। ਸਰ ਕਾਫੀ ਅੱਛਾ ਲੱਗਿਆ ਜਿਹੜਾ ਤੁਸੀਂ ਗੱਲ ਕੀ ਰਿਫਿਊਜ਼ਲ ਦੀ। ਮੰਨ ਲਓ ਕਿਸੇ ਦੀ ਰਿਫਿਊਜ਼ਲ ਹੈ ਆਸਟ੍ਰੇਲੀਆ ਜਾ ਰਹੇ ਹਾਂ, ਜੀ ਆਸਟ੍ਰੇਲੀਆ ਉਹਨੇ ਰਿਫਿਊਜ਼ਲ ਆ ਗਈ, ਕਿ ਉਹ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ 'ਤੇ ਜਾ ਸਕਦਾ? ਬਿਲਕੁਲ ਜਾ ਸਕਦਾ, ਕਿਉਂ ਨਹੀਂ ਜਾ ਸਕਦਾ ਜੀ, ਬਿਲਕੁਲ ਜਾ ਸਕਦਾ। ਅਗਰ ਤੁਸੀਂ ਆਸਟ੍ਰੇਲੀਆ ਜਾਂ UK ਤੋਂ ਰਿਫਿਊਜ਼ਲ ਆ ਚੁੱਕੀ ਹੈ ਤਾਂ ਤੁਸੀਂ ਡੈਫੀਨੇਟਲੀ ਤੁਸੀਂ ਜੋ ਅਨਦਰ ਕੰਟਰੀ ਹੈਗੀ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ। ਤੁਸੀਂ ਜਸਟ ਉਸ ਕੰਟਰੀ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਪ੍ਰੋਪਰ ਉਹਨਾਂ ਨੂੰ ਤੁਸੀਂ ਫੁਲਫਿਲ ਕਰਦੇ ਹੋਣਾ ਚਾਹੀਦਾ, ਤੁਹਾਨੂੰ ਬਿਲਕੁਲ ਵੀਜ਼ਾ ਜਿਹੜਾ ਹੈਗਾ ਗ੍ਰਾਂਟ ਹੁੰਦਾ ਹੈਗਾ ਜੀ। ਓਕੇ ਸਰ, ਸਰ ਗੱਲ ਕਰੀਏ ਇਸਦੇ ਜਿਹੜਾ ਫੀਸ, ਐਮਬੈਸੀ ਫੀਸ, ਤਾਂ ਉਸਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ, ਕਿਉਂਕਿ ਪਤਾ ਲੱਗਣਾ ਚਾਹੀਦਾ, ਬਹੁਤ ਸਾਰੇ ਏਜੰਟ ਆ ਜਿਹੜੇ ਜ਼ਿਆਦਾ ਫੀਸ ਲੈ ਲੈਂਦੇ ਨੇ, ਕਿਤੇ ਨਾ ਕਿਤੇ ਪੰਜਾਬ ਵਿੱਚ ਤਾਂ ਮੁੱਖ ਤੌਰ 'ਤੇ ਇਹੋ ਜਿਹਾ ਕੰਮ ਚੱਲ ਰਿਹਾ, ਇਹ ਤੋਂ ਵੀ ਆਪਾਂ ਜਿਹੜਾ ਭਲੀ ਭਾਂਤੀ ਉਹਨਾਂ ਨੂੰ ਜਾਣੂ ਕਰਾਈਏ। ਬਿਲਕੁਲ ਸਰ, ਬਿਲਕੁਲ। ਅਗਰ ਬਟ ਸਰ ਮੈਂ ਕੈਨੇਡਾ ਦੀ ਗੱਲ ਕਰਦਾ ਹੈਗਾ ਜੀ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਨੂੰ ਲੈ ਕੇ, ਤਾਂ ਜਿਹੜੀ $185 ਕੈਨੇਡੀਅਨ ਡਾਲਰ ਜਿਹੜੀ ਹੈਗੀ ਹੈ ਤੁਹਾਡੀ ਉਹ ਫੀਸ ਹੈ, ਜਿਸ ਦੇ ਵਿੱਚ $100 ਤੁਹਾਡੀ ਅੰਬੈਸੀ ਫੀਸ ਹੈ ਅਤੇ $85 ਜਿਹੜੀ ਹੈਗੀ ਤੁਹਾਡੀ ਬਾਇਓਮੈਟ੍ਰਿਕ ਦੀ ਫੀਸ ਹੈ ਜੀ। ਅਗਰ ਇਹੀ ਗੱਲ ਮੈਂ ਆਸਟ੍ਰੇਲੀਆ ਨੂੰ ਲੈ ਕੇ ਕਰਦਾ ਹਾਂ ਤਾਂ ਪਹਿਲਾਂ ਜੋ ਆਸਟ੍ਰੇਲੀਆ ਦੀ ਫੀਸ ਜੋ ਸੀਗੀ ਆਪਣੀ ਅੰਬੈਸੀ ਫੀਸ ਤਾਂ ਉਹ $152 ਸੀ, ਤਾਂ ਹੁਣ ਇਹਨਾਂ ਨੇ ਥੋੜ੍ਹੀ ਜਿਹੜੀ ਫੀ ਹੈ ਉਹ ਇਨਕਰੀਜ਼ ਕੀਤੀ ਹੈਗੀ, ਤਾਂ ਹੁਣ $192 ਹੈ ਜੀ ਆਸਟ੍ਰੇਲੀਅਨ ਡਾਲਰ। UK ਦੀ ਅੰਬੈਸੀ ਫੀਸ ਦੀ ਗੱਲ ਕਰੀਏ ਤਾਂ ਜੀ ਅਪਰੋਕਸੀਮੇਟਲੀ ਅਗਰ INR ਦੇ ਵਿੱਚ ਮੈਂ ਗੱਲ ਕਰਦਾ ਤਾਂ 11,500 ਅਰਾਊਂਡ ਤੁਹਾਡੀ ਜਿਹੜੀ ਫੀਸ ਹੈਗੀ ਜੀ। ਓਕੇ ਸਰ, ਆਪਾਂ ਗੱਲ ਕਰੀਏ ਆਪਣਾ ਜਿਹੜਾ ਵੀਜ਼ਾ ਹੈ ਜੀ, ਉਹਦਾ ਪ੍ਰੋਸੈਸ ਆਪਾਂ ਗੱਲ ਕਰ ਲਈਏ, ਹੁਣ ਕਿੰਨੇ ਦਿਨਾਂ ਦੇ ਵਿੱਚ ਉਹ ਵੀਜ਼ਾ ਮਿਲ ਜਾਂਦਾ ਆਪਾਂ ਨੂੰ, ਅਪਰੋਕਸੀਮੇਟਲੀ ਡੇਟ ਦੱਸੋ, ਕਿਉਂਕਿ ਬੜਾ ਪਰੇਸ਼ਾਨ ਨੇ ਵੀ ਲੋਕ ਵੀ ਸਾਡਾ ਵਿਜ਼ਟਰ ਵੀਜ਼ਾ ਨਹੀਂ ਆਇਆ, ਕਈਆਂ ਦਾ 15 ਦਿਨਾਂ ਦੇ ਵਿੱਚ ਆ ਗਿਆ, ਕਈਆਂ ਦਾ 45 ਦਿਨਾਂ ਦੇ ਵਿੱਚ ਆ ਗਿਆ, ਕਈਆਂ ਦਾ 60 ਦਿਨ ਵਿੱਚ, ਇਹਦਾ ਇਹਦੇ ਇਸਦੇ ਬਾਰੇ ਗੱਲ ਕਰ ਜੀ। ਬਟ ਅਗਰ ਮੈਂ ਗੱਲ ਕਰਦਾ ਜੀ ਟਾਈਮ ਪੀਰੀਅਡ ਨੂੰ ਲੈ ਕੇ, ਤਾਂ ਮੈਂ ਪਹਿਲਾਂ ਵੀ ਜਿੱਦਾਂ ਦੱਸਿਆ ਕਿ 35 to 45 ਡੇਜ਼ ਦੇ ਹੈਗੇ ਆ ਜੋ ਐਮਬੈਸੀ ਸਾਨੂੰ ਕਹਿੰਦੀ ਹੈਗੀ ਹੈ, ਬਟ ਹੈ ਕਿ ਕਿਸੇ ਦਾ ਵੀਜ਼ਾ ਜੋ ਹੈਗਾ 15 ਡੇਜ਼ 'ਚ ਵੀ ਆ ਜਾਂਦਾ, ਕਿਸੇ ਦਾ 30 'ਚ ਵੀ ਆ ਜਾਂਦਾ, ਕਈ ਵਾਰੀ ਕਿਸੇ ਦਾ ਵੀਜ਼ਾ ਲੇਟ ਵੀ ਹੋ ਜਾਂਦਾ। ਤਾਂ ਮੈਂ ਇਹੀ ਕਹਿਣਾ ਚਾਹੂੰਗਾ, ਕਿਉਂਕਿ ਸਾਰੇ ਜੋ ਏਜੰਟਸ ਨੇ ਸਾਡੇ ਕੁਲੀਗਸ ਨੇ, ਕਿ ਜਦ ਫਾਈਲ ਐਮਬੈਸੀ ਚਲੀ ਜਾਂਦੀ ਹੈ ਤਾਂ ਏਜੰਟ ਦੇ ਜਿਹੜਾ ਹੈਗਾ ਹੱਥ ਦੇ ਵਿੱਚ ਨਹੀਂ ਰਹਿੰਦਾ, ਤੁਸੀਂ ਆਲ ਡਿਪੈਂਡ ਅਪੋਨ ਐਮਬੈਸੀ ਐਂਡ ਆਫਿਸਰ ਕਿ ਤੁਹਾਡਾ ਜਿਹੜਾ ਰਿਜ਼ਲਟ ਹੈਗਾ ਉਹ ਕਿੰਨੀ ਜਲਦੀ ਜਿਹੜਾ ਹੈਗਾ ਉਹ ਡਿਕਲੇਅਰ ਹੁੰਦਾ ਹੈ। ਵੈਸੇ ਜਿਹੜਾ ਮੈਕਸੀਮਮ ਟਾਈਮ ਪੀਰੀਅਡ ਅਸੀਂ ਮੰਨ ਕੇ ਚੱਲਦੇ ਹੈਗੇ ਉਹ 45 ਡੇਜ਼ ਦਾ ਅੰਬੈਸੀ ਸਾਨੂੰ ਦਿੰਦੀ ਹੈ। ਓਕੇ, ਚਲੋ ਕਿਤੇ ਨਾ ਕਿਤੇ ਜਿਹੜੀਆਂ ਅਫਵਾਹਾਂ ਆਪਣੇ ਆਸੇ ਪਾਸੇ ਫੈਲੀਆਂ ਹੋਈਆਂ ਨੇ ਵੀ ਸਾਡਾ 15 ਦਿਨਾਂ 'ਚ ਆ ਗਿਆ, ਤੁਹਾਡਾ ਨਹੀਂ ਆਇਆ, ਤੁਹਾਡੀ ਜਿਹੜੀ ਫਾਈਲ ਆ ਜਾਂ ਟੂਰਿਸਟ ਵੀਜ਼ਾ ਅਪਲਾਈ ਨਹੀਂ ਕੀਤਾ, ਤਾਂ ਇਹ ਚੀਜ਼ਾਂ ਤੋਂ ਤੁਸੀਂ ਨਿਸ਼ਚਿੰਤ ਹੋ ਜਾਓ, ਇਸਦੇ ਬਾਰੇ ਘਬਰਾਉਣ ਦੀ ਗੱਲ ਨਹੀਂ ਹੈ। ਜਿਵੇਂ ਕਿ ਆਪਾਂ ਨੂੰ ਸਰ ਨੇ ਦੱਸਿਆ ਵੀ ਕਈ ਵਾਰੀ ਉਹਦਾ ਇੱਦਾਂ ਅੱਛੀ ਪ੍ਰੋਫਾਈਲ ਹੁੰਦੀ ਆ, ਉਹਨੂੰ 15 ਦਿਨਾਂ ਦੇ ਵਿੱਚ ਵੀ ਟੂਰਿਸਟ ਵੀਜ਼ਾ ਮਿਲ ਜਾਂਦਾ ਹੈ, ਅਤੇ ਕਈਆਂ ਨੂੰ ਟਾਈਮ ਲੱਗ ਜਾਂਦਾ ਹੈ। ਘਬਰਾਉਣ ਵਾਲੀ ਗੱਲ ਨਹੀਂ, ਅਗਰ ਜੋ ਵੀ ਇਹ ਵੀਡੀਓ ਦੇਖਦਾ ਤਾਂ ਉਹਨਾਂ ਦੇ ਇਹ ਪੱਕਾ ਦਿਮਾਗ ਦੇ ਵਿੱਚ ਜਾਣੀ ਚਾਹੀਦੀ ਹੈ ਗੱਲ। ਅੱਛਾ ਸਰ, ਮੈਂ ਗੱਲ ਕਰਾਂ ਸੀ ਵਰਡ ਦੀ, ਸੀ ਵਰਡ ਅਲੱਗ ਕਿਉਂ ਬਾਕੀ ਇੰਸਟੀਟਿਊਟ ਨਾਲ?
जी बटी जी, सो मैनू भी लगता है कि साडा जो सी बर्ड हैगा सी दूजे नालों क्यों डिफरेंट जिहड़ा हैगा सी, कहने आ कि सी बर्ड तो तुसी अपनी फाइल जिहड़ी हैगी आ ओह प्रोसैस करवाओ। सो फस्ट ऑफ ऑल कि सानूं लगता कि असीं बड़ी ही प्राइम जो सर्विस हैगी आ ओह प्रोवाइड करते हैगे आ। 24 आवर जिहड़ा हैगा साडा स्टाफ जिहड़ा हैगा अवेलेबल रहिंदा 24 आवर। मैं क्यों कह रहा क्योंकि साडा जिहड़ा ऑफिस है कैनेडा दे विच भी साडा सी बर्ड दा ऑफिस है, क्योंकि अगर इधर असीं ऑफिस क्लोज करदे आ तां साडा जिहड़ा ऑफिस है कैनेडा दे विच उस टाइम ओपन हो जांदा जी। एंड सैकेंड थिंग जिहड़ी हैगी कि असीं ऑनलाइन प्लेटफॉर्म जिहड़ा हैगा प्रोवाइड कर रहे हैं जी। साडा यूट्यूब चैनल है, साडी एप्लीकेशन है, जे तुहाडी कोई भी इनक्वायरी हैगी है तुसीं किसी टाइम अगर टेलीफोनिक साडा जिहड़ा हैगा अवेलेबिलिटी नहीं मिलदी तुहानूं साडे जो भी स्टाफ की, तो तुम अपनी जी इनक्वायरी हैगी है साडी एप्लीकेशन दे विच तुसीं छड सकते हो, तो आफ्टर दैट तुहानूं साडे स्टाफ वालों किसी भी जो ब्रांच के हैगी थोड़ा कॉल चली जाएगी। सो इदा लगता है कि साडा सी बर्ड जिहड़ा हैगा बाकियों नालों वख्खरा। सैकेंड थिंग कि असी कस्टमर के ज़्यादा जो है चक्कर नहीं लगवाते। मैं अज इस कैमरा के अगे कह रहा कि सी बर्ड सिर्फ तुहाडे दो टाइम तुसी विजिट करोगे सी बर्ड, फस्ट टाइम जो तुसी डॉक्यूमेंट लैके आने हो तो सैकेंड टाइम जो तुसी अपना वीज़ा लैके जाओगे। सर मैं बहुत अच्छी चीज़ लगी जिम्मे कि तुम ऑनलाइन की गल की, ऑनलाइन कोर्सिस की, तो कितना कित उन्होंने लिए जरूरी है जे कि बाहर बैठे हुए हैं जिन्होंने एल्स करनी है, तो उन्होंने तुम टारगेट किया हो। बिल्कुल सर बिल्कुल, कि वो अगर कोई जॉब होल्डर है गया क्योंकि वह ऑफलाइन विजिट करके नहीं क्लासिज लै सकते, सो उन्होंने असी स्पैशली ये चीज़ सोची कि वह अपनी ऑनलाइन घर बैठे अपन क्लासिज लगा सकते, चाहे वह कित भी ओवरसीज बैठे ने, चाहे वह अपनी कंट्री बैठे ने, तो सारी एप्लीकेशन के थ्रू वो अपना कोर्स अटेंड कर सकते हैं। मैं तो लगता यही है कि पंजाब के सब तो पहला इंस्टीट्यूट यही है जिन्होंने ऑनलाइन सिस्टम पूरी चंगी तरह चलाया हुआ है। अच्छा सर मैं गल करा कि सी वर्ड के जिहड़ियां वख-वख ब्रांचां ने कि आपां उसकी तो गल कर ही ली है, जिवें आपां गल की भी अपनी फॉरन के भी ब्रांच आ, जिवें कि किसी नूं डाउट आ रहा जां किसी नूं दिक्कत आ गई बाहर जी जी जी, तो वो उत्थे विजिट कर सकदा है। बिल्कुल कर सकदा सर, बिल्कुल कर सकदा है। इस इंटरव्यू तो बाद असीं जिहड़े साडे नंबर हैगे आ कैनेडियन नंबर हैगे असीं वह भी तुहानूं नीचे फ्लैश आउट करांगे, तो तुसीं अगर कैनेडा दे विच तुहानूं किसी भी तरह की कोई दिक्कत आउंदी है तो तुसीं साडे कैनेडा एडमिंटन ऑफिस के विजिट कर सकते हो जी एनी टाइम। बहुत वधिया लग्या सर तुहाडे नाल गलबात करके, कितने ना कितने जिहड़े विजिटर वीज़ा नूं लैके डाउट सीगे इनक्वायरियां सीगियां वह भी अज्ज सीआं सॉल्व हो गईआं। वधिया गल इह है कि साडे जिहड़े इह देश विदेश दीआं गल्लां दे विच इह जिहड़ा इक टॉपिक आ बहुत महत्वपूर्ण आ, ते जिहदे लई तुसीं सानूं कीमती समां दित्ता, धन्नवाद सर। बहुत बहुत शुक्रिया सर, थैंक यू सो मच। आई होप कि जिहड़ी वीडियो आ तुहाडे लई बहुत ही इनफॉर्मेटिव रही होवेगी, ते बाकी जिमें जिमें आप अगे चलते जावे तो जी बाकी भी थोड़ी जी इमीग्रेसन लैके किसी कोर्स में लैके तो डाउट ने सा शेयर कर सकते हो। बाकी तुम चाहते हो कि स्पैशली इस टॉपिक के उपर वीडियो बने तो जरूर मैनशन करो, कमेंट करके दसना, असं उसके ही रिगार्डिंग नवी नवी वीडियोज़ थोड़े लिए लैके आते रहेंगे। चलो जी मिलते हैं फिर आप नैक्सट वीडियो नवे टॉपिक नवी वीडियो नवी जी इनकुआरी के नाल, तब तक दे धन्यवाद जी।